ਹੁਸ਼ਿਆਰਪੁਰ ਤੋਂ ਬਾਅਦ ਹੁਣ ਕਪੂਰਥਲਾ ਦੇ ਵਿੱਚ ਵਰਦੇ ਮੀਂਹ ਵਿਚਕਾਰ ਸੜਕ ਬਣਾਉਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਜਲੰਧਰ ਕਪੂਰਥਲਾ ਰੋਡ ਤੇ ਭਾਰੀ ਬਰਸਾਤ ਦੌਰਾਨ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਸੀ ਜਿਸ ਦੀ ਵੀਡੀਓ ਇੱਕ ਰਾਹਗੀਰ ਕਮਲਦੀਪ ਨਾਮਕ ਵਿਅਕਤੀ ਨੇ ਬਣਾ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜ ਦਿੱਤੀ ਕਿ ਆਖਰ ਇਹ ਹੋ ਕੀ ਰਿਹਾ ਜ਼ਿਕਰਯੋਗ ਹੈ ਕਿ PWD ਨੂੰ ਇਸ ਦੀ ਜਾਣਕਾਰੀ ਮਿਲਦਿਆਂ ਹੀ ਹੱਥਾਂ ਪੈਰਾਂ ਦੀ ਪੈ ਗਈ ਤੇ ਵਿਭਾਗ ਨੇ ਹਰਕਤ 'ਚ ਆ ਕੇ JCB ਨਾਲ ਬਰਸਾਤ 'ਚ ਬਣੀ ਪੂਰੀ ਸੜਕ ਨੂੰ ਪੁੱਟ ਦਿੱਤਾ ਤੇ ਸੜਕ ਬਣਾਉਣ ਵਾਲਿਆਂ ਖਿਲਾਫ਼ ਕਾਰਵਾਈ ਕਰਨ ਦਾ ਵਿਸ਼ਵਾਸ ਦਵਾਇਆ ਹਾਲਾਂਕਿ ਵਰਦੇ ਮੀਂਹ ਵਿੱਚ ਸੜਕ ਬਣਾਉਣ ਦੀ ਇਹ ਪਹਿਲੀ ਵੀਡੀਓ ਵਾਇਰਲ ਨਹੀਂ ਹੋਈ ਇਸ ਤੋਂ ਪਹਿਲਾਂ ਵੀ ਕਈ ਵੀਡੀਓ ਸਮੇਂ ਦਰ ਸਮੇਂ ਵਾਇਰਲ ਹੁੰਦੀਆਂ ਰਹੀਆਂ ਨੇ ਪਰੰਤੂ ਫਿਰ ਵੀ ਆਖਰ ਇਸ ਵਿੱਚ ਗਲਤੀ PWD ਦੀ ਹੈ ਜਾਂ ਜਿਸ ਠੇਕੇਦਾਰ ਵੱਲੋਂ ਇਹ ਕੰਟਰੈਕਟ ਲਿਆ ਗਿਆ ਸੀ ਉਸ ਦੇ ਵੱਲੋਂ ਇਹ ਸਭ ਕੁਝ ਕੀਤਾ ਜਾ ਰਿਹਾ ਸੀ ਆਖਰ ਦੁਨੀਆ ਬਦਲ ਗਈ ਹੈ ਪਰ ਫਿਰ ਵੀ ਇਹਨਾਂ ਲੋਕਾਂ ਦੀ ਸੋਚ ਹੈ ਕਿੱਥੇ ਸੋ ਮੈਂ ਜਲੰਧਰ ਤੋਂ ਕਪੂਰਥਲਾ ਨੂੰ ਆ ਰਿਹਾ ਸੀ ਅਤੇ ਜਲੰਧਰ ਕਪੂਰਥਲਾ ਜਿਹੜਾ ਹਾਈਵੇ ਹੈ ਉਹਦੇ 'ਤੇ ਮੂਸਲਾਧਾਰ ਮੀਂਹ ਵਰ ਰਿਹਾ ਐਂਡ ਉਹਦੇ ਵਿੱਚ ਰੋਡ ਦੀ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਪ੍ਰੀ ਮਿਕਸ ਜਿਹੜੀ ਆ ਲੇਇੰਗ ਜਿਹੜੀ ਆ ਉਹ ਹੋ ਰਹੀ ਆ ਬੜਾ ਹੈਰਾਨ ਸੀਗਾ ਦੇਖ ਕੇ ਕਿਉਂ ਗੱਡੀ 'ਤੇ ਜਦੋਂ ਨਿਕਲਿਆ ਮੈਂ ਐਂਡ ਉਹ ਮੈਂ ਰੁਕਿਆ ਉਸ ਚੀਜ਼ ਲਈ ਸਪੈਸ਼ਲ ਐਂਡ 5 ਮਿੰਟ ਮੈਂ ਵੇਟ ਕੀਤਾ ਵੀ ਦੇਖਦਾ ਵੀ ਕੀ ਕਰ ਰਿਹਾ ਬਟ ਉਹ ਕੰਸਟਰਕਸ਼ਨ ਚੱਲ ਰਹੀ ਸੀ ਫਿਰ ਮੈਂ ਉੱਤਰ ਕੇ ਮੀਂਹ ਵਰਦੇ ਦੇ ਵਿੱਚ ਜਾ ਕੇ ਉਹ ਰੋਡ 'ਤੇ ਜਾ ਕੇ ਜਿਹੜੀ ਵੀਡੀਓ ਜਿਹੜੀ ਆ ਉਹ ਲਾਈਵ ਕੀਤੀ ਆ ਹਾਲਾਂਕਿ ਪਿਛਲਾ ਇੱਕ ਹਫ਼ਤੇ ਪਹਿਲਾਂ ਇੱਕ ਹੁਸ਼ਿਆਰਪੁਰ ਤੋਂ ਵੀਡੀਓ ਵਾਇਰਲ ਹੋਈ ਉਹਦੇ ਵਿੱਚ ਵੱਡੇ ਆਲਾ ਆਫਿਸਰ ਜਿਹੜੇ ਉਹ ਵੀ ਸਸਪੈਂਡ ਹੋਏ 4 ਆਫਿਸਰ ਬਟ ਫਿਰ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਅਣਗਹਿਲੀ ਜਿਹੜੀ ਆ ਉਹ ਅਸੀਂ ਦੇਖਦੇ ਹਾਂ ਕਿ ਠੇਕੇਦਾਰਾਂ ਦੀ ਬਹੁਤ ਵੱਡੀ ਹੈ ਰੀਜ਼ਨ ਕਿਉਂਕਿ ਜਦੋਂ ਕੰਟਰੈਕਟ ਦਿੱਤਾ ਜਾਂਦਾ ਹੈ ਤਾਂ ਉਹ ਠੇਕੇਦਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਐਂਡ ਜਿਹੜੀਆਂ ਕੰਟਰੈਕਟ ਦੀਆਂ ਨੋਰਮਸ ਨੇ ਉਹਦੇ ਮੁਤਾਬਕ ਜਿਹੜੀ ਐਂਡ ਹੈਰਾਨੀ ਦੀ ਗੱਲ ਇਹ ਵੀ ਹੈਗੀ ਹੈ ਕਿ ਇਸ ਕੰਸਟਰਕਸ਼ਨ ਜਿਹੜੀ ਅੱਜ ਹੋ ਰਹੀ ਸੀ ਇਸ ਤੋਂ 1 ਦਿਨ ਪਹਿਲਾਂ ਇਸ ਠੇਕੇਦਾਰ ਨੂੰ ਅਗਰਵਾਲ ਕੰਸਟਰਕਸ਼ਨ ਕੰਪਨੀ ਜਿਹੜੀ ਹੈਗੀ ਹੈ ਰੋਹਿਤ ਅਗਰਵਾਲ ਜੀ ਨੂੰ ਇੱਕ ਲੈਟਰ ਜਾਰੀ ਕੀਤਾ ਗਿਆ ਹੈ ਕਿ ਰੇਨੀ ਸੀਜ਼ਨ ਦੇ ਵਿੱਚ ਕੰਮ ਜਿਹੜਾ ਵਾ ਬੰਦ ਕਰ ਦਿੱਤਾ ਜਾਵੇ ਬਟ ਉਹ ਕੱਲ ਜਿਹੜੀ ਇਹਨੂੰ ਵਾਰਨਿੰਗ ਦੇਣ ਦੇ ਬਾਅਦ ਜਿਹੜੀ ਕਿ ਚੀਫ ਇੰਜੀਨੀਅਰ ਵੱਲੋਂ ਦਿੱਤੀ ਗਈ ਹੈਗੀ ਹੈ ਉਹਦੇ ਬਾਵਜੂਦ ਵੀ ਅੱਜ ਇਹ ਕੰਮ ਜਿਹੜਾ ਸੀਗਾ ਉਹ ਚੱਲ ਰਿਹਾ ਸੀ ਐਂਡ ਡਿਊ ਟੂ ਦੈਟ ਜਦੋਂ ਮੈਂ ਲਾਈਵ ਹੋਇਆ ਇਮੀਡੀਏਟ ਇਫੈਕਟ ਜਿਹੜਾ ਵਾ ਉੱਥੇ ਐਕਸ਼ਨ ਲਿਆ ਗਿਆ ਵਾ SDO ਜਿਹੜੇ ਸੀਗੀ PWD NHIA ਦੇ ਉਹਨਾਂ ਨੇ ਉਹਦਾ ਇਮੀਡੀਏਟ ਜਿਹੜਾ ਵਰਕ ਹੈ ਉਹ ਰਿਜੈਕਟ ਕਰ ਦਿੱਤਾ ਹੈ ਐਂਡ ਉਹਨੂੰ ਜਿਹੜਾ ਰਿਜੈਕਸ਼ਨ ਲੈਟਰ ਜਿਹੜਾ ਵਾ ਇਸ਼ੂ ਕਰ ਦਿੱਤਾ ਗਿਆ ਐਂਡ ਅਸੀਂ ਇਹ ਗੱਲ ਕਹਿੰਦੇ ਕਿ ਸਿਰਫ ਉਹ ਇਕੱਲੇ ਵਰਕ ਨੂੰ ਰਿਜੈਕਟ ਨਾ ਕਰਕੇ ਇਹੋ ਜਿਹੇ ਠੇਕੇਦਾਰ ਨੂੰ ਬਲੈਕਲਿਸਟ ਕਰ ਦੇਣਾ ਚਾਹੀਦਾ ਬਿਕੋਜ਼ ਆਫ ਕਿਉਂਕਿ ਇਹ ਸਿਰਫ ਆਪਣੀ ਚੰਦ ਪੈਸਿਆਂ ਦੀ ਖਾਤਰ ਕਿਉਂਕਿ ਪਤਾ ਹੈ ਹਾਲਾਂਕਿ ਉਹਨੂੰ ਇਹ ਵੀ ਪਤਾ ਕਿ ਅਗਲੇ 5 ਸਾਲ ਦੀ ਮੇਨਟੇਨੈਂਸ ਵੀ ਉਹਦੇ ਕੋਲ ਹੈ ਪਰ ਫਿਰ ਵੀ ਕਿਉਂਕਿ ਲੋਕਾਂ ਦਾ ਜਿਹੜਾ ਪੈਸਾ ਵਾ ਟੈਕਸਾਂ ਦਾ ਲੋਕ ਚਾਹੁੰਦੇ ਨੇ ਵਧੀਆ ਸੜਕਾਂ ਹੋਣ ਪਰ ਇਹੋ ਜਿਹੇ ਠੇਕੇਦਾਰ ਜਿਹੜੇ ਨੇ ਜਿਨ੍ਹਾਂ ਦੀ ਜਿਹੜੀ ਛੋਟੀ ਜਾਂ ਸੌੜੀ ਸੋਚ ਹੈ ਉਹ ਇਹੋ ਜਿਹਾ ਕੰਮ ਕਰਕੇ ਲੋਕਾਂ ਦੇ ਜਿਹੜੇ ਪੈਸੇ ਦੀ ਜਿਹੜੀ ਆ ਉਹ ਖੱਜਲ ਖੁਆਰੀ ਕਰਦੇ ਨੇ ਐਂਡ ਲੋਕਾਂ ਨੂੰ ਕਿੱਥੋਂ ਵਧੀਆ ਇਨਫਰਾਸਟ੍ਰਕਚਰ ਮਿਲ ਜਾਏਗਾ ਐਂਡ ਇਹੀ ਇੱਕ ਕਾਰਨ ਹੈ ਕਿ ਮੈਂ ਅਪੀਲ ਕਰਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਡਿਪਾਰਟਮੈਂਟ ਦੇ ਜਿਹੜੇ ਸੈਕਟਰੀ ਸਾਹਿਬ ਨੇ ਪ੍ਰਿੰਸੀਪਲ ਸੈਕਟਰੀ ਕਿ ਇਸ ਕੰਟਰੈਕਟਰ ਨੂੰ ਇਮੀਡੀਏਟ ਬਲੈਕਲਿਸਟ ਕਰ ਦਿੱਤਾ ਜਾਵੇ ਐਂਡ ਜਿੰਨੇ ਵੀ ਕੰਟਰੈਕਟ ਨੇ ਉਹਨਾਂ ਨੂੰ ਕੈਂਸਲ ਕੀਤਾ ਜਾਵੇ ਰਿਜੈਕਟ ਕਰ ਦਿੱਤਾ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਠੇਕੇਦਾਰ ਇਹੋ ਜਿਹੀ ਕੁਤਾਹੀ ਜਿਹੜੀ ਉਹ ਨਾ ਕਰ ਪਾਵੇ ਕਿਉਂਕਿ ਹੁਸ਼ਿਆਰਪੁਰ 'ਚ ਵੀ ਦੇਖਿਆ ਗਿਆ ਤਾਂ ਉਹ ਵੀ ਠੇਕੇਦਾਰ ਹੀ ਕੰਮ ਕਰ ਰਿਹਾ ਸੀ ਅਲੱਗ ਗੱਲ ਹੈ ਕਿ ਉਹਦੀ ਗਾਜ ਜਿਹੜੀ ਆ ਉਹ ਅਫਸਰਾਂ 'ਤੇ ਵੀ ਡਿੱਗੀ ਆ ਪਰ ਇਹਦੇ ਵਿੱਚ ਇੱਕ ਆਫਿਸਰ ਨੇ ਇਮੀਡੀਏਟ ਐਕਸ਼ਨ ਲੈਂਦਿਆਂ ਹੋਇਆ SDO ਸਾਹਿਬ ਨੇ ਉਹਨੂੰ ਉਸ ਚੀਜ਼ ਨੂੰ ਵਰਕਆਊਟ ਐਂਡ ਹੁਣੇ ਤੁਸੀਂ ਦੇਖੋਗੇ ਕਿ ਮੈਨੂੰ ਹੁਣੇ ਉਹਦੀਆਂ ਵੀਡੀਓਜ਼ ਜਿਹੜੀਆਂ ਨੇ ਕਿਉਂਕਿ ਜਦੋਂ ਮੈਂ SDO ਸਾਹਿਬ ਨੂੰ ਭੇਜਿਆ ਉਹਨਾਂ ਦੀ ਵੀਡੀਓਜ਼ ਆਈਆਂ ਕਿ